ਬੜੇ ਦੁੱਖ ਦੀ ਗੱਲ ਆ ਜਦੋਂ ਮੇਰੀ ਗੱਲ ਹੁੰਦੀ ਸੀ ਅਰਮੀਨੀਆ ਚ ਅੰਬੈਸੀ ਦੇ ਨਾਲ ਤੇ ਉਹ ਕਹਿੰਦੇ ਕਿ ਰਾਣਾ ਜੀ ਤੁਸੀਂ ਸਮਝਾਓ ਇਹਨਾਂ ਨੂੰ ਕਿ ਬੱਚੇ ਜਿਹੜੇ ਆ ਇਹ ਨਹੀਂ ਦੇਖਦੇ ਕਿ ਸਾਨੂੰ ਕਿੱਥੇ ਕੋਈ ਲੈ ਕੇ ਜਾ ਰਿਹਾ ਕਿੱਥੇ ਨਹੀਂ ਲੈ ਕੇ ਜਾ ਰਿਹਾ ਤੇ ਲੱਖਾਂ ਰੁਪਈਏ ਲਾ ਕੇ ਏਜੰਟਾਂ ਦੇ ਝਾਸੇ ਚ ਆ ਕੇ ਗਲਤ ਦੇਸ਼ ਚ ਚਲੇ ਜਾਂਦੇ ਆ ਜਿੱਦਾਂ ਅਰਮੀਨੀਆ ਹੋਇਆ ਲਵੀਨੀਆ ਹੋਇਆ ਅਲਮੀਨੀਆ ਹੋਇਆ ਏਦਾਂ ਦੇ ਦੇਸ਼ਾਂ ਚ ਚਲੇ ਜਾਂਦੇ ਆ ਤੇ ਵੀਜ਼ਾ ਵੀ ਨਹੀਂ ਦੇਖਦੇ ਕਿਹੜਾ ਲੱਗੇ ਆ ਕਿਹੜਾ ਨਹੀਂ ਲੱਗੇ ਆ ਹਫ਼ਤਾ 10 ਦਿਨ ਦਾ ਵੀਜ਼ਾ ਲਵਾ ਕੇ ਤੇ ਏਜੰਟ ਉਹਨਾਂ ਨੂੰ ਧੋਖੇ ਨਾਲ ਲੈ ਜਾਂਦੇ ਆ ਫਿਰ ਇੱਥੋਂ ਇੱਥੇ ਖੁਦ ਖਾਣ ਨੂੰ ਨਹੀਂ ਹੈਗਾ ਕਹਿੰਦੇ ਉਹਨਾਂ ਨੇ ਇੱਥੇ ਤੱਕ ਗਿਆ ਕਹਿੰਦੇ ਇੱਥੇ ਦੇ ਲੋਕੀ ਬੇਰੁਜ਼ਗਾਰ ਹੈਗੇ ਰੋਟੀ ਖੁਦ ਨੂੰ ਨਹੀਂ ਮਿਲਦੀ ਤੇ ਜਿਹੜੇ ਬਾਹਰੋਂ ਆਉਣੇ ਉਹਨਾਂ ਨੂੰ ਕਿੱਥੋਂ ਮਿਲਣੀ ਹੈ ਇੱਥੇ ਲਿਆ ਕੇ ਫਿਰ ਇਹ ਹੁੰਦਾ ਚੋਰੀ ਛਿਪੇ ਕਿਤੇ ਹੋਰ ਕੰਟਰੀ ਨੂੰ ਨਿਕਲ ਗਏ ਅੱਗੇ ਨਿਕਲ ਗਏ ਯੂਰਪ ਵੱਲ ਨਿਕਲ ਗਏ ਨਹੀਂ ਤੇ ਇੱਥੇ ਵਿਚਾਰੇ ਖਤਮ ਹੋ ਜਾਂਦੇ ਆ ਤੇ ਇਹਨਾਂ ਨੂੰ ਰੋਕੋ ਤੁਸੀਂ ਸਮਝਾਓ ਸਾਰਿਆਂ ਨੂੰ ਤਾਂ ਮੈਂ ਵੀ ਦੇਖੋ ਇਹ ਬੜੇ ਅਫਸੋਸ ਦੀ ਗੱਲ ਹੈ ਜਿਹੜਾ ਬੜੀ ਆਈ ਆ ਦੇਖੋ ਇੰਨਾ ਗਰੀਬ ਪਰਿਵਾਰ ਆ ਪੈਸੇ ਵਿਚਾਰੇ ਖਰਚ ਕੇ ਲੱਖਾਂ ਰੁਪਈਏ ਖਰਚ ਕੇ ਭੇਜਿਆ ਉਹਨਾਂ ਨੇ ਔਰ ਖੁਦ ਵਿਚਾਰੇ ਇੰਨੇ ਤੰਗ ਆ ਇੱਕ ਛੋਟਾ ਜਿਹਾ ਕਮਰਾ ਆ ਜਿੱਥੇ ਰਹਿੰਦੇ ਆ ਔਰ ਤਕਲੀਫ ਵਿੱਚ ਹੈਗੇ ਆ ਤੇ ਮੈਂ ਵੀ ਇਹੋ ਹੀ ਕਹਾਂਗਾ ਸਾਰਿਆਂ ਨੂੰ ਪੂਰੇ ਤੁਹਾਡੇ ਮਾਧਿਅਮ ਦੇ ਰਾਹੀਂ ਕਿ ਇਹਨਾਂ ਚੀਜ਼ਾਂ ਤੋਂ ਬਚੋ ਜੇ ਜਾਣਾ ਤਰੀਕੇ ਨਾਲ ਪੜ੍ਹਾਈ ਦੇ ਤਰੀਕੇ ਨਾਲ ਜਾਂ ਉਹਦਾ ਪਰਮਿਟ ਕਿਤੇ ਚੰਗੇ ਕੰਟਰੀ ਦਾ ਮਿਲਦਾ ਜਾਓ ਔਰ ਚੰਗੇ ਏਜੰਟ ਦੇ ਥਰੂ ਜਾਓ ਪੰਜਾਬ ਦੇ ਨੌਜਵਾਨ ਜਿਹੜੇ ਬਾਹਰ ਰੋਜ਼ੀ ਰੋਟੀ ਲਈ ਸਾਡੇ ਇੱਥੋਂ ਜਾਂਦੇ ਆ ਪਰ ਜਦੋਂ ਇਹੋ ਜਿਹੀ ਕੋਈ ਅਨਹੋਣੀ ਹੋ ਜਾਂਦੀ ਆ ਜਿਹਦੇ ਨਾਲ ਸਾਰਾ ਇਲਾਕਾ ਜਿਹੜਾ ਉਹ ਕੰਮ ਉੱਠਦਾ ਬਹੁਤ ਮੰਦਭਾਗੀ ਖ਼ਬਰ ਹੈ ਕਿ ਪਰਿਵਾਰ ਗਰੀਬ ਪਰਿਵਾਰ ਸੀਗਾ ਆਪਣੀ ਰੋਟੀ ਰੋਜ਼ੀ ਦੇ ਲਈ ਇਹ ਨੌਜਵਾਨ ਜਿਹੜਾ ਅਜੇ ਜੰਗ ਸੀਗਾ 22-23 ਸਾਲ ਦੀ ਉਮਰ ਸੀ ਰਮਾਨੀਆਂ ਦੇ ਵਿੱਚ ਗਿਆ ਸੀ ਪਰ ਉੱਥੇ ਮਾਰ ਹੋਣ ਕਰਕੇ ਇਹਦੀ ਮੌਤ ਹੋ ਗਈ ਹੈ ਅੱਜ ਇਸ ਦੁੱਖ ਦੀ ਘੜੀ ਦੇ ਵਿੱਚ ਅਸੀਂ ਸਾਰੇ ਹੀ ਪਰਿਵਾਰ ਦੇ ਨਾਲ ਪੂਰਾ ਇਲਾਕਾ ਪਰਿਵਾਰ ਦੇ ਨਾਲ MLA ਸਾਹਿਬ ਨੇ ਆਉਣਾ ਸੀ ਕਿਤੇ ਗਏ ਹੋਣ ਕਰਕੇ ਉਹ ਆ ਨਹੀਂ ਸਕੇ ਉਹਨਾਂ ਵੱਲੋਂ ਜੋ ਵੀ ਪਰਿਵਾਰ ਨੂੰ ਮਦਦ ਹੋ ਸਕਦੀ ਹੈ ਵੱਧ ਤੋਂ ਵੱਧ ਅਸੀਂ ਕਰਨ ਦਾ ਯਤਨ ਕਰਾਂਗੇ ਹਾਂਜੀ ਅਜੇ ਕੁਮਾਰ ਤੋਂ ਜੋ ਅਰਮੀਨੀਆ ਜੀ ਦੀ ਡੈਥ ਹੋਈ ਸੀ 24 ਦਿਨ ਪਹਿਲੇ ਅੱਜ ਪੰਜਾਬ ਕੇਂਦਰ ਸਰਕਾਰ ਔਰ ਪੰਜਾਬ ਸਰਕਾਰ ਦੀ ਮਦਦ ਦੇ ਨਾਲ ਜੋ ਉਹਨਾਂ ਦੀ ਡੈਡ ਬੋਡੀ ਆਈ ਸੀ ਬਹੁਤ ਵਧੀਆ ਗੱਲ ਹੈ ਕਿ ਜੋ ਉਹਨਾਂ ਦੀ ਸੈਂਟਰ ਸਰਕਾਰ ਨੇ ਔਰ ਆਪਣੇ MLA ਸਾਹਿਬ ਨੇ ਆਪਣੇ ਨੇ ਕੋਸ਼ਿਸ਼ ਸਦਕਾ ਜੋ ਬੋਡੀ ਆਈ ਹੈ ਉਹਨਾਂ ਦਾ ਅੱਜ ਸੰਸਕਾਰ ਕਰ ਦਿੱਤਾ ਗਿਆ ਜੀ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਉਹਨਾਂ ਦਾ ਜੋ ਬਹੁਤ ਗਰੀਬ ਪਰਿਵਾਰ ਹੈ ਜੋ ਕਿ ਉਹਨਾਂ ਦੇ ਇੱਕ ਬੱਚੇ ਨੂੰ ਜੋ ਹੈਂਡੀਕੈਪ ਹੈ ਉਹਨੂੰ ਕਿਤੇ ਨਾ ਕਿਤੇ ਉਹਦੀ ਨੌਕਰੀ ਸਰਕਾਰੀ ਨੌਕਰੀ 'ਤੇ ਲਗਾਇਆ ਜਾਵੇ ਤਾਂ ਅਸੀਂ ਸਰਕਾਰ ਦਾ ਧੰਨਵਾਦ ਕਰਾਂਗੇ ਔਰ ਸਾਰੇ ਇਲਾਕੇ 'ਚ ਸੋਗ ਦੀ ਲਹਿਰ ਪੈ ਗਈ ਦੁਨੀਆ ਸਾਰੇ ਪਿੰਡਾਂ 'ਚੋਂ ਲਾਗੇ ਲਾਗੇ ਸਾਰੇ ਪਿੰਡਾਂ ਤੋਂ ਦੁਨੀਆ ਬਹੁਤ ਪਹੁੰਚੀ ਆ ਪਰਿਵਾਰ ਦੇ ਨਾਲ ਦੁੱਖ ਦੇ ਘੜੀ ਵਿੱਚ ਖੜੇ ਹੋਏ ਆ ਅਸੀਂ ਸਰਕਾਰ ਤੋਂ ਇਹ ਅਪੀਲ ਕਰਦੇ ਹਾਂ ਕਿ ਉਹਨਾਂ ਦਾ ਜੋ ਗਰੀਬ ਪਰਿਵਾਰ ਉਹਨਾਂ ਦੀ ਮਦਦ ਕੀਤੀ ਜਾਵੇ ਬੱਚੇ ਨੂੰ ਉਹਨਾਂ ਨੂੰ ਨੌਕਰੀ ਦਿੱਤੀ ਜਾਵੇ